सब्सक्राइब करो NC7 न्यूज नू ते लेटेस्ट अपडेट पाने लिए प्रेस करो बेल आइकन। यू आर वाचिंग NC7 न्यूज हर खबर ते नजर। ਵੋਟਰਾਂ ਨੂੰ ਲਬਾਉਣ ਲਈ ਉਮੀਦਵਾਰਾਂ ਨੂੰ ਕਈ ਤਰ੍ਹਾਂ ਦੇ ਪਾਪੜ ਵੇਚਣੇ ਪੈਂਦੇ ਨੇ। ਅਜਿਹਾ ਹੀ ਕੁਝ ਫਗਵਾੜਾ ਚ ਕੀਤੀ ਗਈ ਰੈਲੀ ਚ ਦੇਖਣ ਨੂੰ ਮਿਲਿਆ, ਜਿੱਥੇ ਕਾਂਗਰਸੀ ਉਮੀਦਵਾਰ ਬਲਵਿੰਦਰ ਸਿੰਘ ਧਾਲੀਵਾਲ ਵੱਲੋਂ ਮਸ਼ਹੂਰ ਭੋਜਪੁਰੀ ਗਾਇਕਾ ਖੁਸ਼ਬੂ ਤਿਵਾੜੀ ਦੇ ਠੁਮਕੇ ਲਗਾਏ ਗਏ। ਦਰਅਸਲ ਪੰਜਾਬ ਚ 4 ਵਿਧਾਨ ਸਭਾ ਹਲਕਿਆਂ ਚ ਜਿਮਨੀ ਚੋਣਾਂ ਹੋਣ ਜਾ ਰਹੀਆਂ ਨੇ ਅਤੇ ਫਗਵਾੜਾ ਦੇ ਇਲਾਕਾ ਓਮਕਾਰ ਨਗਰ ਚ ਜ਼ਿਆਦਾਤਰ ਪ੍ਰਵਾਸੀ ਭਾਰਤੀ ਰਹਿੰਦੇ ਨੇ। ਇਸੇ ਦੇ ਚਲਦੇ ਉਮੀਦਵਾਰ ਵੱਲੋਂ ਭੋਜਪੁਰੀ ਗਾਇਕਾ ਖੁਸ਼ਬੂ ਤਿਵਾੜੀ ਨੂੰ ਬੁਲਾਇਆ ਗਿਆ ਅਤੇ ਖੁਸ਼ਬੂ ਨੇ ਸਟੇਜ ਤੋਂ ਠੁਮਕੇ ਲਗਾਉਂਦੇ ਹੋਏ ਭੋਜਪੁਰੀ ਭਾਸ਼ਾ ਚ ਕਾਂਗਰਸੀ ਉਮੀਦਵਾਰ ਦੇ ਹੱਕ ਚੋਣ ਪ੍ਰਚਾਰ ਕਰਦੇ ਹੋਏ ਵੋਟ ਮੰਗੇ। ਜਦੋਂ ਇਸ ਬਾਰੇ ਉੱਥੇ ਮੌਜੂਦ ਕੈਬਨਿਟ ਮੰਤਰੀ ਤੋਂ ਪੁੱਛਿਆ ਗਿਆ ਤਾਂ ਉਹ ਇਸ ਗੱਲ ਨੂੰ ਟਾਲਦੇ ਰਹੇ। ਯੂ ਆਰ ਵਾਚਿੰਗ NC7 ਨਿਊਜ਼ ਹਰ ਖਬਰ ਤੇ ਨਜ਼ਰ।